ਜਦੋਂ ਇਹ ਲਿਬਾਸ ਮੇਰੇ ਪਹਿਰਾਵੇ ਦਾ ਹਿੱਸਾ ਬਣਿਆ ਤੇ ਕਾਫੀ ਸਵਾਲ ਹੋਏ ਕਿ ਤੁਹਾਡਾ ਕਿਸ ਤੋਂ ਇਨਸਪਾਇਰ ਹੈ ਤੇ ਮੈਂ ਕਿਹਾ ਕਿ ਸੀਰ ਬਾਬਾ ਵਾਰਿਸ਼ਾ ਸਾਹਿਬ ਤੋਂ ਕਿਉਂਕਿ ਮੇਰੀ ਡਾਕਟਰੇਟ ਸੂਫੀਜ਼ਮ ਸੀਗੀ ਸੋ ਇਸ ਕਰਕੇ ਮੈਂ ਬੜੇ ਬੜੇ ਫਨਕਾਰਾਂ ਨੂੰ ਪੜ੍ਹਿਆ ਤੇ ਬੰਦ ਪਗੜੀ ਸ਼ਗਿਰਦੀ ਧਾਰੀ ਤੇ ਸ਼ਰਧ ਆਪਾਂ ਬੰਦ ਹੋ ਗਿਆ ਨਹੀਂ ਵੇਖ ਲੈ ਕਿ ਤੂੰ ਵੀ ਵਾਰਿਸ਼ਾ ਦੇ ਨਸੀਬ ਤੇ ਮੱਥਾ ਟੇਕ ਲੈ ਪਿਆਰ ਹੁੰਦਾ ਫੁੱਲਾਂ ਤੋਂ ਨਿੰਗ ਸੋਹਣਿਆ ਜਿਵੇਂ ਹੁੰਦੀ ਮੋੜਨੀ ਦੀ ਖੋਗ ਸੋਹਣਿਆ ਦੂਰ ਕਿਤੇ ਚੰਡੀਗੜ੍ਹ ਨੱਚਦੀ ਮੇਰੇ ਲੁਧਿਆਣੇ ਸੁਣ ਜਾਂਦੀ thank you.
ਤਿੰਨ ਗਾਣੇ ਲਿਖਦੇ ਹੈ ਤੁਹਾਡਾ ਗਾਤਾ, ਹੁਣ ਬਾਕੀ ਕਹਿਣਗੇ ਸਾਡੇ ਵੀ ਗਾਏ।